ਮਾਮੂਲੀ ਤਕਰਾਰ ਉੱਤੇ ਦੋਸਤ ਦਾ ਕਤਲ ਕਰਨ ਵਾਲਾ ਸੁੱਖਾ ਸਿੰਘ ਇਸ ਤੋਂ ਪਹਿਲਾਂ 2016 ਵਿੱਚ ਵੀ ਕਤਲ ਕਰ ਚੁੱਕਿਆ। ਪੁਲਿਸ ਨੇ ਸੁੱਖਾ ਸਿੰਘ ਨਾਮ ਦੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਬੀ ਡਿਵੀਜ਼ਨ ਥਾਣੇ ਦੇ ਅੰਦਰ ਪੈਂਦੀ ਸਬਜ਼ੀ ਮੰਡੀ ਦੇ ਕੋਲ ਆਪਣੇ ਹੀ ਦੋਸਤ ਗੁੱਗੂ ਨੂੰ ਛੁਰਾ ਮਾਰ ਕੇ ਜਾਨੋਂ ਮਾਰ ਦਿੱਤਾ ਸੀ। ਗੁੱਗੂ ਨਾਮ ਦਾ ਵਿਅਕਤੀ ਫੇਰੀ ਲਗਾ ਕੇ ਸਬਜ਼ੀਆਂ ਵੇਚਦਾ ਸੀ। ਪੁਲਿਸ ਨੇ ਜਦੋਂ ਸੁੱਖਾ ਸਿੰਘ ਨੂੰ ਫੜ ਕੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ 2016 ਵਿੱਚ ਥਾਣਾ ਸੀ ਡਿਵੀਜ਼ਨ ਦੇ ਅੰਦਰ ਪੈਂਦੇ ਸ਼ਮਸ਼ਾਨ ਘਾਟ ਦੇ ਕੋਲ ਵੀ ਇੱਕ ਕਤਲ ਹੋਇਆ ਸੀ। ਉਸ ਦਾ ਮੁਕੱਦਮਾ ਵੀ ਥਾਣਾ ਸੀ ਡਿਵੀਜ਼ਨ ਵਿੱਚ ਦਰਜ ਸੀ। ਸੁੱਖਾ ਸਿੰਘ ਨੇ ਮੰਨਿਆ ਕਿ ਉਹ ਕਤਲ ਵੀ ਉਸਨੇ ਕੀਤਾ ਸੀ। ਪੁਲਿਸ ਦੇ ਮੁਤਾਬਕ ਉਹਨਾਂ ਦੀ ਗ੍ਰਿਫਤ ਵਿੱਚ ਜੋ ਇਹ ਵਿਅਕਤੀ ਆਇਆ, ਇਹ ਮਾਮੂਲੀ ਤਕਰਾਰ ਉੱਤੇ ਕਿਸੇ ਨੂੰ ਵੀ ਮੌਤ ਦੇ ਘਾਟ ਉਤਾਰ ਸਕਦਾ। ਮਿਤੀ 24/6/19 ਨੂੰ ਮੈਂ ਬਾਹਰ ਇਲਾਕਾ ਗਸ਼ਤ 'ਤੇ ਸੀਗਾ ਅਤੇ ਮੇਰੇ ਪਾਸ ਮਨਪ੍ਰੀਤ ਸਿੰਘ ਸਨ ਆਫ ਭੁਪਿੰਦਰ ਸਿੰਘ ਵਾਸੀ ਗੁਰੂ ਨਾਨਕਪੁਰ ਅੰਮ੍ਰਿਤਸਰ ਨੇ ਆਪਣਾ ਬਿਆਨ ਦੱਸਿਆ ਕਿ ਉਹਦਾ ਭਰਾ ਗੁੱਗੂ ਜਿਹੜਾ ਕਿ ਕੱਪੜੇ ਵੇਚਦਾ ਸੀਗਾ, ਕੱਪੜੇ ਦੀ ਫੇਰੀ ਲਾਉਂਦਾ ਸੀ, ਪੂਰਾ ਨਾਂ ਉਹਦਾ ਗੁਰਪ੍ਰੀਤ ਸਿੰਘ ਏਲੀਅਸ ਗੁੱਡੂ ਆ, ਉਸਨੂੰ ਜਿਹੜਾ ਸਬਜ਼ੀ ਮੰਡੀ ਆ ਸ਼ਮਸ਼ਾਨ ਘਾਟ ਦੇ ਲਾਗੇ, ਉੱਥੇ ਉਹਦੇ ਇੱਕ ਪੁਰਾਣੇ ਜਾਣਕਾਰ ਸੁੱਖਾ ਸਿੰਘ ਸਨ ਆਫ ਤਰਸੇਮ ਸਿੰਘ ਨੇ ਜਿਹੜਾ ਵਾ ਉਹ ਛੁਰਾ ਮਾਰ ਕੇ ਕਤਲ ਕਰ ਦਿੱਤਾ, ਜਿਹਦੇ ਬਿਆਨ 'ਤੇ ਅਸੀਂ ਮੁਕੱਦਮਾ ਨੰਬਰ 113 25/6/19 ਅਧੀਨ ਧਾਰਾ 302 IPC ਥਾਣਾ ਬੀ ਡਿਵੀਜ਼ਨ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਦੌਰਾਨੇ ਤਫਤੀਸ਼ ਮੁਕੱਦਮੇ ਦਾ ਦੋਸ਼ੀ ਜਿਹੜਾ ਸੁੱਖਾ ਸਿੰਘ ਉਰਫ ਜਰਨੈਲ ਸਿੰਘ ਉਰਫ ਦਵਾਜ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਜਿਹੜਾ ਗਵਾਲ ਇਨਕਲੇਵ ਸਾਹਮਣੇ ਸ਼ਮਸ਼ਾਨ ਘਾਟ ਅੰਮ੍ਰਿਤਸਰ, ਉਹਨੂੰ ਅਸੀਂ 20/7/19 ਨੂੰ ਗ੍ਰਿਫਤਾਰ ਕੀਤਾ ਔਰ ਵਾਰਦਾਤ ਦੌਰਾਨ ਵਰਤਿਆ ਗਿਆ ਜਿਹੜਾ ਉਹਦਾ ਛੁਰਾ ਸੀਗਾ ਜਿਸ ਦੇ ਨਾਲ ਉਹਨੇ ਗੁੱਡੂ ਦਾ ਕਤਲ ਕੀਤਾ ਸੀਗਾ ਉਹ ਅਸੀਂ ਬਰਾਮਦ ਕਰ ਲਿਆ। ਅਤੇ ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਆਪਸ ਵਿੱਚ ਦਾ ਯਾਰ ਦੋਸਤ ਸੀਗੇ ਅਤੇ ਨਿੱਕੀ ਜਿਹੀ ਗੱਲ ਤੋਂ ਇਹਨਾਂ ਦਾ ਆਪਸੀ ਤਕਰਾਰ ਹੋਇਆ ਜਿਹਦੇ ਤਕਰਾਰ ਕਰਕੇ ਇਹਨੇ ਜਿਹੜਾ ਉਹਦਾ ਕਤਲ ਕਰਤਾ। ਇਸੇ ਦੌਰਾਨ ਹੀ ਜਦੋਂ ਅਸੀਂ ਅੱਗੇ ਇਹਦੀ ਪੁੱਛਗਿੱਛ ਕੀਤੀ ਅਤੇ ਇਹ ਥਾਣਾ ਸੀ ਡਿਵੀਜ਼ਨ ਦੇ ਵਿੱਚ 2016 ਦੇ ਵਿੱਚ 219 ਨੰਬਰ ਮੁਕੱਦਮਾ ਦਰਜ ਹੋਇਆ ਸੀ, 302 IPC ਦਾ ਜੀ ਥਾਣਾ ਸੀ ਡਿਵੀਜ਼ਨ, ਅਤੇ ਜਿਹੜਾ ਦੋਸ਼ੀ ਸੁੱਖਾ ਆ ਇਹਨੇ ਮੰਨਿਆ ਹੈ ਕਿ ਇਹਨੇ ਸਾਲ 2016 ਦੇ ਵਿੱਚ ਵੀ ਇੱਕ ਸੀ ਡਿਵੀਜ਼ਨ ਏਰੀਏ ਦੇ ਵਿੱਚ ਕਤਲ ਕੀਤਾ ਸੀਗਾ। ਇਸ ਸੰਬੰਧ ਵਿੱਚ ਵੀ ਅਸੀਂ ਥਾਣਾ ਸੀ ਡਿਵੀਜ਼ਨ ਨੂੰ ਇਤਲਾਹ ਦੇ ਦਿੱਤੀ ਹੈ ਜੀ ਔਰ ਇਹ ਸਾਡੇ ਕੋਲ ਹੁਣ ਤੱਕ ਰਿਮਾਂਡ 'ਤੇ ਆ। ਦੌਰਾਨੇ ਰਿਮਾਂਡ ਅਸੀਂ ਇਹਦਾ ਜਿਹੜਾ ਤਫਤੀਸ਼ ਆਪਣੀ ਜਿਹੜੀ ਆ ਇਹਦੇ ਕੋਲੋਂ ਵਰਤਿਆ ਹਥਿਆਰ ਜਿਹੜਾ ਸਾਰਾ ਬਰਾਮਦ ਕਰ ਲਿਆ ਜੀ ਅਤੇ ਅੱਗੇ ਤਫਤੀਸ਼ ਜਾਰੀ ਆ, ਇਹਦੇ ਖਿਲਾਫ਼ ਜਲਦੀ ਤੋਂ ਜਲਦੀ ਚਲਾਨ ਜਿਹੜਾ ਅਸੀਂ ਅਦਾਲਤ ਵਿੱਚ ਦੇਵਾਂਗੇ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।